Lo ji, good morning, Sat Sri Akal, adab, namaskar. Main bilkul late nahi kita, jis le match mukka chal rahe ajkal tennis da live match. Te main aa gaya. Inne ch utron shabd kirtan di awaaz aa gayi, sardarni sahib sadi ga rahi si. So oh jis le mukka te main hazir ho gaya. Te main naturally apna kaam karna hai. ਉਹ ਪਹਿਲੇ ਇਸ਼ਹਾਰ ਪੜ੍ਹਨੇ ਆ ਅਤੇ ਉਹ ਇਸ਼ਹਾਰ ਮੈਂ ਦੋ ਪੜ੍ਹ ਦੇਣਾ ਉਹ ਇੱਥੇ ਰੱਖੇ ਸੀ ਜੀ ਕੱਟ ਕੇ ਸਫ਼ਾ ਪਲਟ ਗਿਆ ਪੱਖਾ ਚੱਲਦਾ ਪਿਆ ਸੀਗਾ ਅਤੇ ਪੱਖਾ ਪਲਟ ਗਿਆ ਅਤੇ ਇਹ ਲੱਭ ਗਿਆ ਜੀ ਮੈਂ ਨਿਸ਼ਾਨੀਆਂ ਥੱਲੇ ਆਈਆਂ ਸੀਗੀਆਂ ਸ਼ੇਰ ਹੈ ਕਿ ਯਾ ਰੱਬ ਹਜੂਮੇ ਦਰਦ ਕੋ दे और वसतें दामन तो क्या अभी मेरी आँखें भी नम नहीं क्या डिज़ायर है देखिए क्या डिज़ायर है या रब हजूमे दर्द को दे और वसतें दामन तो क्या अभी मेरी आँखें भी तर नहीं दूसरा शेर सुनिए मुझको भी जिद है कि नासे को सताने के लिए सौ बहानों से तेरा जिक्र तेरी बात करूं टीज कर रहे हैं ना जो समझाता है कि इश्क ना करो उसको कह रहा है कि मुझको भी जिद है कि नासे को सताने के लिए सौ बहानों से तेरा जिक्र तेरी बात करूं तो जैसे कल भी बताया था कि जो कोटेशंस हैं वो हमारी रफीका हयात बेगम साहिबा पढ़ेंगी जब उन्हें फुर्सत होगी तो मैंने ये पढ़ दी है और कहानी पढ़ दूंगा हाँ इतनी खुशी की बात है कि एक कहानी मैं पढ़ांगा तो एक उन्होंने भी कह के मैं भी पढ़ देंगी तो हूँ मैं शुरू कर लगा ਕਹਾਣੀ ਹੈ ਸੋਮਰਸੈਟ ਮਾਮ ਦੀ ਉਹਦਾ ਨਾਂ ਹੈ ਸਰਬ ਗਿਆਤਾ ਅੰਗਰੇਜ਼ੀ 'ਚ ਉਹਦਾ ਨਾਂ ਹੈ ਨੋਆਲ ਅਤੇ ਜਹਾਜ਼ਾਂ ਦੀ ਤੰਗੀ ਸੀ ਮਹਾਂਯੁੱਧ ਕਾਰਨ ਸਾਂਝਾ ਕਰਨਾ ਪਿਆ ਕਲੀਮ ਨਾਲ ਕੈਬਨ ਵੱਡੇ ਵੱਡੇ ਸਨ ਸੂਟ ਕੇਸ ਉਸਦੇ ਲੇਬਲ ਲਗੇ ਸਨ ਬੜੇ ਦੇਸ਼ਾਂ ਦੇ ਉਹ ਆਇਆ ਹਾਲ ਵਿੱਚ ਮੈਂ ਖੇਡ ਰਿਹਾ ਸਾਂ ਪੇਸ਼ੈਂਟਸ ਵੇਖਿਆ ਅਤੇ ਦੱਸ ਦਿੱਤਾ ਕਿੱਥੇ ਲਗਾਉਣਾ ਹੈ ਪੱਤਾ ਬਾਜ਼ੀ ਤਾਂ ਬਣਾ ਲਈ ਪਰ ਉਹ ਲੱਗਾ ਨਾ ਮੈਨੂੰ ਚੰਗਾ ਕਿਉਂਕਿ ਉਸਕੋ ਖੁਦ ਲੱਭਣਾ ਸੀ ਨਾ ਉਹਨੇ ਆਪ ਮੈਂ ਕਿੱਥੇ ਲੈਣਾ ਉਹਨੇ ਫੜ ਦੱਸਤਾ ਸੁਆਦ ਮਾਰਤਾ ਉਹਦਾ ਅਤੇ ਨਾਲੇ ਉਹਨੂੰ ਲੱਗਾ ਵੀ ਇਹ ਮੇਰੇ ਨੂੰ ਕਿੰਨਾ ਸਿਆਣਾ ਇਸ ਪਿੱਛੇ ਤਾਂ ਨਹੀਂ ਚੰਗਾ ਲੱਗਾ ਇਹ ਜਿਹੜਾ ਕਹਾਣੀ ਲਿਖ ਰਿਹਾ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਕਹਾਣੀ ਦੀ ਗੱਲ ਸ਼ੌਕ ਸੀ ਉਹਨੂੰ ਗੱਲਬਾਤ ਕਰਨ ਦਾ ਵਿਸ਼ਵਾਸ ਸੀ ਆਪਣੇ 'ਤੇ ਬੜਾ ਹਾਲਾਂਕਿ ਨਸ਼ਾਬੰਦੀ ਸੀ ਕੱਢ ਲਈ ਵਿਸਕੀ ਬੋਲਿਆ ਪਸੰਦ ਨਾ ਹੋਵੇ ਤਾਂ ਹੈ ਮਾਲਟੀਨੀ ਵੀ ਕੁੱਲ ਮਿਲ ਗਿਆ ਲੋਕਾਂ 'ਚ ਬੜੀ ਜਲਦੀ ਹੁੰਦਾ ਉਪਸਥਿਤ ਹਮੇਸ਼ਾ ਹਰ ਥਾਂ ਨਿਲਾਮੀ ਹੋਵੇ ਜਾਂ ਪਾਰਟੀ ਫੈਂਸੀ ਡਰੈਸ ਦੀ ਖੇਡਾਂ ਹੋਣ ਜਾਂ ਮਹਿਫਲ ਸੰਗੀਤ ਦੀ ਸਾਰੇ ਕਹਿਣ ਲੱਗੇ ਉਸਨੂੰ ਸਰਬ ਗਿਆਨੀ ਛਾ ਜਾਂਦਾ ਖਾਣੇ ਦੀ ਮੇਜ਼ 'ਤੇ ਵਿਸ਼ੇਸ਼ ਕਰਕੇ ਹਰ ਵਿਸ਼ੇ ਦਾ ਸੀ ਜਾਣਕਾਰ ਉਹ ਬੋਲਦਾ ਵਿਸਥਾਰ ਨਾਲ ਲੋਕ ਸੁਣਦੇ ਧਿਆਨ ਨਾਲ ਹਰ ਇੱਕ ਨੂੰ ਹੋਣਾ ਪੈਂਦਾ ਸਹਿਮਤ ਉਹਦੇ ਨਾਲ ਪਰ ਮੈਨੂੰ ਉਹ ਨਹੀਂ ਸੀ ਲੱਗਦਾ ਚੰਗਾ ਇੱਕ ਹੋਰ ਵੀ ਸੀ ਜਿਸ ਨੂੰ ਉਹ ਸੀ ਅੱਕਰ ਦਾ
ਚੰਦਰ ਜਿਹੜਾ ਮਿਸਰ ਗਿਆ ਇੱਕ ਵਾਰ ਸਾਲ ਲਈ ਇਕੱਲਾ ਪਤਨੀ ਸੀ ਉਸਦੀ ਸੁੰਦਰ ਛੋਟਿਆ ਘਰ ਦੀ ਘੱਟ ਬੋਲਦੀ ਧੀਮੀ ਆਵਾਜ਼ ਵਿੱਚ ਸ਼ਰਮੀਲੀ ਅਤੇ ਸ਼ਰਮੀਲਾਪਨ ਚਿਹਰੇ 'ਤੇ ਉਹਦੇ ਇੰਝ ਚਮਕਦਾ ਜਿਵੇਂ ਗੁਲਾਬ ਕਿਸੇ ਬਟਨ ਹੋਲ 'ਤੇ ਦਮਕਦਾ ਜ਼ਿਕਰ ਚੱਲ ਪਿਆ ਜਪਾਨੀ ਬਨਾਵਟੀ ਮੋਤੀਆਂ ਦਾ ਬਣ ਚੁੱਕੇ ਨੇ ਇੰਨੇ ਉੱਤਮ ਚੰਦਰ ਨੇ ਕਿਹਾ ਕਿ ਅਸਲੀ ਅਤੇ ਨਕਲੀ ਵਿੱਚ ਫਰਕ ਨਹੀਂ ਲੱਭਦਾ ਕਲੀਮ ਬੋਲਿਆ ਮੈਨੂੰ ਲੱਗ ਜਾਂਦਾ ਪਤਾ ਆਸਾਨੀ ਨਾਲ ਇਸੇ ਕੰਮ ਲਈ ਜਾ ਰਿਹਾ ਜਪਾਨ ਪਹਿਲੀ ਨਜ਼ਰ ਵਿੱਚ ਪਛਾਣ ਲਿਆ ਹਾਰ ਤੁਹਾਡੀ ਪਤਨੀ ਦੇ ਗਲੇ ਪਿਆ ਨਜ਼ਰ ਆਉਂਦਾ ਹੈ ਵੱਢ ਮੁੱਲਾ ਘੱਟੋ ਘੱਟ ਲੱਖ ਦਾ ਓਏ ਲਾਣੀ ਜੇ ਸ਼ਰਤ ਦੋ ਜੇ ਹੋਵੇ ਅਸਲੀ ਚੰਦਰ ਬੋਲਿਆ ਲੱਗ ਗਈ ਹਜ਼ਾਰ ਦੀ ਲੱਗ ਗਈ ਵਿਖਾਓ ਹਾਰ ਹੁਣੇ ਪਰਖ ਲੈਣਾ ਵੇਖੋਗੇ ਕਿ 500 'ਚ ਵੋਟੀ ਨੇ ਖਰੀਦਿਆ ਉਹਦੀ ਵੋਟੀ ਬੋਲੀ ਕਿ ਜਿਸਦਾ ਹੋਵੇ ਪੱਕਾ ਪਤਾ ਬੇਈਮਾਨੀ ਹੈ ਉਹਦੇ 'ਤੇ ਸ਼ਰਤ ਲਗਾਉਣਾ ਇਸ ਪਤੀ ਦੇ ਤਰਕ ਨੂੰ ਕੀਤਾ ਅਣਸੁਣਿਆ ਉਹਨੂੰ ਫਾਇਦਾ ਹੋਣ ਡਿਆ ਸੀਗਾ ਵੱਧ ਕੇ ਉਸਨੇ ਗਲੇ 'ਚੋਂ ਹਾਰ ਉਤਾਰ ਲਿਆ ਅਤੇ ਫੜਾ ਦਿੱਤਾ ਰੰਗ ਪੈ ਗਿਆ ਪੀਲਾ ਪਤਨੀ ਦੇ ਚਿਹਰੇ ਦਾ ਕਲੀਮ ਨੇ ਲੈਂਜ਼ ਕੱਢਿਆ ਹਾਰ ਵੇਖਿਆ ਫੈਲ ਗਈ ਬੁੱਲਾਂ 'ਤੇ ਮੁਸਕਰਾਹਟ 'ਚ ਨਜ਼ਰ ਪੈ ਗਈ ਇਸਤਰੀ ਵੱਲ ਅਚਾਨਕ ਡਰ ਸੀ ਮੁੱਖ 'ਤੇ ਬਿਨਤੀ ਅੱਖਾਂ ਵਿੱਚ ਪਤਾ ਨਹੀਂ ਪਤੀ ਨੇ ਕਿਉਂ ਨਹੀਂ ਭਾਂਪਿਆ ਕਲੀਮ ਬੋਲਿਆ ਲੱਗ ਗਈ ਗਲਤੀ ਲਓ ਜੀ 1000 ਰੁਪਈਆ ਚੰਦਰ ਨੇ ਕਿਲਕਾਰੀ ਮਾਰੀ ਸਬਕ ਤੁਹਾਨੂੰ ਮਿਲ ਗਿਆ ਇੰਨਾ ਘੁਮੰਡ ਨਹੀਂ ਹੁੰਦਾ ਚੰਗਾ ਅੱਜ ਉਹ ਚੁੱਪ ਸੀ ਅਤੇ ਲੋਕ ਕਰਦੇ ਸਨ ਗੱਲਾਂ ਇਸਤਰੀ ਚਲੀ ਗਈ ਜਲਦੀ ਸਿਰ ਦਰਦ ਕਹਿੰਦੀ ਹੋਈ ਕਹਿੰਦੀ ਸਿਰ ਦਰਦ ਬੜੀ ਸਵੇਰ ਹੋ ਗਈ ਅਗਲੇ ਦਿਨ ਹੋਈ ਇੱਕ ਸਰਸਰਾਹਟ ਅਗਲੀ ਸਵੇਰੇ ਕੈਬਨ ਦੇ ਬੂਹੇ ਥੱਲੇ ਵੇਖਿਆ ਇੱਕ ਲਿਫਾਫਾ ਸੀ ਕਲੀਮ ਦੇ ਨਾਂ ਦਾ ਖੋਲਿਆ ਅੰਦਰ ਸੀ 1000 ਰੁਪਈਆ ਮਿਸਿਸ ਚੰਦਰ ਦਾ ਭੇਜਿਆ ਹੋਇਆ ਕਲੀਮ ਕਹਿਣ ਲੱਗਾ ਬੜੀ ਮੁਸ਼ਕਲ ਸਹਿਣ ਕੀਤੇ ਲੋਕਾਂ ਦੇ ਤਾਣੇ ਕਿਉਂਕਿ ਆਪ ਤਾਂ ਸੱਚਾ ਸੀਗਾ ਨਾ ਉਹ ਤਾਣੇ ਲੋਕਾਂ ਨੇ ਦੇਣੇ ਹੀ ਸੀਗੇ ਬਈ ਤੂੰ ਸ਼ਰਤ ਹਾਰ ਗਿਆ ਫਿਰ ਬੋਲਿਆ ਪਤਨੀ ਮੇਰੀ ਜੇਕਰ ਹੋਵੇ ਛੋਟੇ ਆਕਾਰ ਦੀ ਅਤੇ ਸੁੰਦਰ ਅਤੇ ਜਾਣਾ ਪਵੇ ਮੈਨੂੰ 1 ਸਾਲ ਲਈ ਮਿਸਰ ਛੱਡ ਕੇ ਨਾ ਜਾਵਾਂਗਾ ਉਸਨੂੰ ਇਕੱਲਾ ਪਹਿਲੀ ਵਾਰ ਉਹ ਮੈਨੂੰ ਲੱਗਣ ਲੱਗਾ ਚੰਗਾ ਪਹਿਲੀ ਵਾਰ ਉਹ ਮੈਨੂੰ ਲੱਗਣ ਲੱਗਾ ਚੰਗਾ
ਇਹ ਬਿਥਾਵਨ ਦੀ ਪੰਜਵੀਂ ਸਿੰਫਨੀ ਹੈ ਔਰ ਜਿਹੜੀ ਮੇਰੀ ਬਹੁਤ ਪਸੰਦ ਹੈ, ਲੋਕਾਂ ਦੇ ਵੀ ਬੜੀ ਪਸੰਦ ਹੈ।